अच्छा एक एक, एक एवी चीज है मेनू ਲੱਗਦਾ ਹੈ ਪਤਾ ਨਹੀਂ ਤੁਸੀਂ ਮੇਰੇ ਨਾਲ ਇਸ ਗੱਲ ਨੂੰ ਐਗਰੀ ਕਰੋਗੇ ਕਿ ਨਹੀਂ ਮੈਨੂੰ ਲੱਗਦਾ ਹੈ ਕਿ ਇਹ ਕਿਤਰਾਸ ਦੀ ਹੈ ਕਿ ਇੰਨੇ ਅچھے ਆਰਟਿਸਟ ਹੈ ਸਾਡੀ ਜਗ੍ਹਾ ਨੇ ਥੀਏਟਰ ਨੂੰ ਇਨਾ ਟਾਈਮ ਦਿੱਤਾ ਹੈ ਨਾ ਔਰ ਸਿਨੇਮਾ ਦੇ ਵਿੱਚ ਇੰਨੇ ਟਾਈਮ ਤੋਂ ਹੈ ਇੰਡਸਟਰੀ ਦੇ ਵਿੱਚ ਇੰਨੇ ਟਾਈਮ ਤੋਂ ਫਿਰ ਵੀ ਉਹਨਾਂ ਨੂੰ ਉਹ ਰੈਕਗਨਾਈਜੇਸ਼ਨ ਮਿਲਣ ਚ ਬਹੁਤ ਟਾਈਮ ਲੱਗ ਗਿਆ ਜੋ ਕਿ ਲੱਗਣਾ ਨਹੀਂ ਚਾਹੀਦਾ ਸੀ ਤੁਸੀਂ ਵੀ ਇਸ ਚੀਜ਼ ਨੂੰ ਮੰਨਦੇ ਹੋ ਐ ਇਸ ਗੱਲ ਨੂੰ ਨਹੀਂ ਮੰਨਦਾ ਇਹ ਤਰਾਸ ਦੀ ਨਹੀਂ ਹੈਗੀ ਮੈਨੂੰ ਇਹ ਹੈ ਵੀ ਅਸੀਂ ਅੱਜ ਜੇ ਕੁਝ ਠੀਕ ਤੁਹਾਨੂੰ ਲੱਗ ਰਿਹਾ ਵੀ ਬੰਦੇ ਬੜਾ ਵਧੀਆ ਕਰ ਰਹੇ ਉਜੇ ਟਾਈਮ ਲੱਗਿਆ ਤਾਂ ਹੀ ਵਧੀਆ ਹੋ ਰਿਹਾ ਹੈ ਜੇ ਅੱਜ ਤੋਂ 5 ਸਾਲ ਪਹਿਲਾਂ 7 ਸਾਲ ਪਹਿਲਾਂ ਉਹ ਹੋ ਜਾਂਦਾ ਸ਼ਾਇਦ ਅਸੀਂ ਇੰਨਾ ਨਾ ਹੋ ਕਰ ਸਕਦੇ ਜਿਹੜੀ ਜੇ ਉਹ ਤੋਂ ਪਹਿਲਾਂ ਜੇ ਟਾਈਮ ਲੱਗਦਾ ਤੇ ਉਨੀ ਚੀਜ਼ ਨਿਖਰ ਕੇ ਆਉਂਦੀ ਆ ਦੇਖੋ ਮੇਰਾ ਤਾਂ ਇਹ ਉਹ ਆ ਵੀ ਮੈਂ ਉਸ ਕਿਸਮ ਦਾ ਨਹੀਂ ਸੀ ਮੈਂ ਜਿਸ ਕਿਸਮ ਦਾ ਸੀਗਾ ਜਿੰਨਾ ਕਿ ਮੇਰਾ ਕੱਦ ਦਾ ਜਿੰਨਾ ਕਿ ਮੇਰਾ ਚਿਹਰਾ ਜਿਉਂਦਾ ਮੈਂ ਹੈਗਾ ਜਿੰਨਾ ਕਿ ਮੇਰੀ ਸਿਹਤ ਆ ਮੈਨੂੰ ਉਸੇ ਹਿਸਾਬ ਨਾਲ ਉਸੇ ਉਮਰ ਦੀ ਸੀ ਜਾ ਕੇ ਉਸ ਕਿਸਮ ਦੇ ਕੈਰੈਕਟਰਾਂ 'ਚ ਹੀ ਮੈਂ ਸਟੈਬਲਿਸ਼ ਹੋਇਆ ਧੀਰੇ ਦਾ ਜਿਸ ਕਿਸਮ ਦਾ ਇੱਕ ਹੀਰੋ ਇਸ ਮੈਂ ਉਵੇਂ ਕਰਕੇ ਆ ਉਹਨੂੰ ਉਹਨਾਂ ਕੀ ਟਾਈਮ ਲੱਗਿਆ ਇਹਦਾ ਉਸ ਕਿਸਮ ਦਾ ਸਟਰਕਚਰ ਸੀ ਮੇਰੇ ਤੋਂ ਕੱਦ ਲੰਬਾ ਹੋਵੇ ਆ ਵੀ ਜਿਹੜੀ ਚੀਜ਼ ਜਦੋਂ ਪਰਪੱਕ ਹੋ ਜਾਂਦੀ ਜਿਹੜੀ ਕੁਦਰਤ ਆ ਨਾ ਉਹ ਬੜੀ ਕਹਿਣ ਚੀਜ਼ ਆ ਉਹ ਅੰਬ ਤੋਂ ਪੱਕਦਾ ਨਾ ਫੇਰ ਹੀ ਥੱਲੇ ਡੇਗਾ ਕੱਚਾ ਡਿਗ ਪਿਆ ਤੇ ਅਗਲਾ ਚੱਕ ਕੇ ਖਾਂਦਾ ਨਾ ਉਹ ਸਵਾਦ ਨਹੀਂ ਆਉਂਦਾ ਪੱਕਾ ਅੰਬ ਖਾ ਕੇ ਫਿਰ ਜਿਹੜਾ ਸਵਾਦ ਆਉਂਦਾ ਇਹ ਉਹ ਗੱਲ ਆ ਵੀ ਜੇ ਆਡੀਅנס ਨੂੰ ਮਜ਼ਾ ਆ ਰਿਹਾ ਮੈਂ ਤਰਾ ਸੱਚੀ ਨਹੀਂ ਮੈਨੂੰ ਐ ਕਦੇ ਨਹੀਂ ਹੁੰਦਾ ਹੁੰਦਾ ਮੈਨੂੰ ਕਹਿ ਦਿੰਦੇ ਵੀ ਯਾਰ ਸਟਰਗਲ ਕੀਤੀ ਮੈਨੂੰ ਲੱਗਦਾ ਹੀ ਨਹੀਂ ਵੀ ਯਾਰ ਮੈਂ ਸਟਰਗਲ ਕੀਤੀ ਮੈਨੂੰ ਹੁੰਦਾ ਨਾ ਮੇਰੇ ਮਿਹਨਤ ਕਰਦੇ ਰਹੇ ਇਹਨੂੰ ਸਟਰਗਲ ਨਾ ਲੋ ਹਾਂ ਮਿਹਨਤ ਕਹੋ ਅਸੀਂ ਮਿਹਨਤੀ ਬੰਦੇ ਆ ਅਸੀਂ ਕਾਮੇ ਆ ਸਟ੍ਰਗਲਰਸ ਨਹੀਂ ਸਾਡੇ ਸਾਡੇ ਜਿਵੇਂ ਮੈਂ ਕਈ ਇੰਟਰਵਿਊ ਸੁਣੀਆਂ ਆਈਆਂ ਨੇ ਕਿ ਸਾਡੇ ਲੋਕ ਭਾਂਡੇ ਮਾਂਜ ਨੂੰ ਹੀ ਸਟ੍ਰਗਲ ਕਹਿੰਦੇ ਮੈਂ ਜੀ ਬਹੁਤ ਭਾਂਡੇ ਮਾਂਜੇ ਮੈਂ ਸਟ੍ਰਗਲ ਕੀਤਾ ਬਈ ਭਾਂਡੇ ਆਪਦੇ ਰੋਟੀ ਖਾਦੀ ਸੀ ਮਾਂ ਹਿੱਤੇ ਦੇਖੋ ਆਪਾਂ ਕਹਿ ਦਿੰਨੇ ਵੀ ਯਾਰ ਮੈਂ ਨਾ ਭੁੱਖਾ ਰਿਆ ਤੁਸੀਂ ਗਏ ਕਿਤੇ ਤੁਸੀਂ ਭੁੱਖੇ ਰਹੇ ਤੁਸੀਂ ਕਿਤੇ ਨਹੀਂ ਗਏ ਆਪਦੇ ਘਰੇ ਭੁੱਖੇ ਰਹੇ ਉਹਨੂੰ ਕਿਉਂ ਨਹੀਂ ਸਟ੍ਰਗਲ ਕਹਿੰਦੇ ਅਸੀਂ ਘਰੇ ਵੀ ਭੁੱਖੇ ਕਈ ਵਾਰੀ ਸਾਡੇ ਘਰੇ ਨਹੀਂ ਹੁੰਦੀ ਰੋਟੀ ਸਾਡਾ ਬਾਪੂ ਉਵੇਂ ਕਰਕੇ ਨਹੀਂ ਹੋਇਆ ਅਸੀਂ ਇਸ ਗੱਲ ਨੂੰ ਹੀ ਕਿਉਂ ਲੈਣੇ ਆ ਵੀ ਜਦੋਂ ਅਸੀਂ ਉੱਥੇ ਗਏ ਤਾਂ ਅਸੀਂ ਭੁੱਖੇ ਸੀ ਜਾਏ ਸੀ ਮੈਂ ਕੁਝ ਖਾਦਾ ਨਹੀਂ ਮੈਂ ਕਈ ਵਾਰੀ ਭੁੱਖਾ ਰਹਿ ਕਈ ਵਾਰੀ ਕਿਤੇ ਉੱਥੇ ਪੈ ਗਏ ਇੱਥੇ ਪੈ ਗਏ ਆ ਕਰਦੇ ਰਹੇ ਉਹ ਤਾਂ ਕਰਦੇ ਹੁੰਦੇ ਸੀ ਯਾਰ ਫਿਲਮਾਂ 'ਚ ਜਾਣਾ ਦੇਖ ਤੇ ਭੁੱਖੇ ਵਾਲੀ ਐਕਟਿੰਗ ਕਰਨੀ ਵੀ ਪਤਾ ਨਹੀਂ ਲੱਗਣਾ ਇੱਥੇ ਤਾਂ ਮਲਾਈ ਤੇ ਦੇਹ ਦਾਲਾਂ ਬਲੇਟੀ ਦੀਆਂ ਤੇ ਵੀ ਭੁੱਖੇ ਹੋਵਾਂਗੇ ਤਾਂ ਫਿਰ ਫੇਰ ਜ਼ਰੂਰ ਕਰੀਦਾ ਸੀ ਵੀ ਦੋ ਦਿਨ ਯਾਰ ਤੇ ਤਿੰਨ ਦਿਨ ਭੁੱਖੇ ਰਹਿ ਲਈਏ ਐਂ ਦੇਖ ਲਈਏ ਕੀ ਹੁੰਦਾ ਕੀ ਮਾਹੌਲ ਬਣਦਾ ਕਿੰਨੀ ਕੰਦਰੋਂ ਤੜਪ ਪੁੱਟਦੀ ਆ ਕੀ ਹੁੰਦਾ ਖਿਜਣਾ ਸ਼ੁਰੂ ਹੁੰਨਾ ਉਹ ਖਾਣ ਦਾ ਖਿਜਦਾ ਬਾਤ ਹੂੰ ਵਾਕੀ ਬਹੁਤ ਖਿਜਦਾ ਸੀ ਕਹਦੇ ਮੈਂ ਧਾਰੀ ਹੋਈ ਆ ਵੀ ਜਿੱਦੇ ਮੈਨੂੰ ਕੁਝ ਕੈਰੇਕਟਰ ਉਦਾਂ ਦਾ ਆਇਆ ਮੈਂ ਭੁੱਖਾ ਹੀ ਰਹੂੰਗਾ ਉਹ ਖਾਣਾ ਕੇ ਖਾ ਰਾਂ ਕਰੂੰਗਾ ਉਹਦਾ ਵੱਖਰਾ ਹੀ ਸਵਾਲ ਹੈ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ